ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਕਿਹਾ ਵੀ ਘਰ ਦੇ ਕੰਮ ਵੀ ਕਰ ਲਈਏ, ਕਦੇ ਉੱਧਰ ਘੁੰਮੀ ਜਾਂਦੇ ਕਦੇ ਉੱਧਰ ਘੁੰਮੀ ਜਾਂਦੇ ਆ, ਪਰ ਟਾਈਮ ਜਿਹਾ ਲੱਗਦਾ ਨਹੀਂ। ਮੇਰੀ ਮੋਟਰ ਖਰਾਬ ਹੋਈ ਨੂੰ ਤਕਰੀਬਨ ਮੈਂ ਕਹਿੰਦਾ 10 ਤੋਂ 15 ਦਿਨ ਹੋ ਗਏ, ਅਤੇ ਅੱਜ ਮੋਟਰ ਦਾ ਨੰਬਰ ਲਾਏ ਦੇਣਾ। ਅੱਜ ਮੋਟਰ ਨੂੰ ਬਾਹਰ ਕੱਢ ਕੇ ਦੇਖਦੇ ਵੀ ਕਿਆ ਪ੍ਰੋਬਲਮ ਹੈ, ਵੀ ਵਿੱਚ ਤੋਂ ਕੋਈ ਸੜ ਗਈ ਜਾਂ ਕੋਈ ਹੋਰ ਪ੍ਰੋਬਲਮ ਪੈ ਗਈ। ਅਤੇ ਹੁਣ ਲੱਭੀਏ ਨਿੰਮੇ ਨੂੰ ਵੀ ਨਿੰਮਾ ਕਿੱਥੇ ਆ। ਇੱਧਰ ਨਿੰਮਾ, ਨਿੰਮਾ 'ਚ ਕੁਛ ਬਦਲਿਆ ਬਦਲਿਆ ਜਿਹਾ ਲੱਗਦਾ ਮੈਨੂੰ। ਨਿੰਮੇ ਨੇ ਸ਼ਰਟ ਬਦਲੀ ਕਰ ਲਈ ਅੱਜ, ਕਿੱਥੋਂ ਲਿਆਂਦੀ ਨਿੰਮੇ ਸ਼ਰਟ? ਇਹ ਚੰਡੀਗੜ੍ਹ ਤੋਂ ਲਿਆਂਦੀ ਹੋਈ ਹੈ। ਇੱਧਰ ਨਿੰਮੇ ਦੀ ਬਾਗਬਾਨੀ, ਆਹ ਨਿੰਮੇ ਦੀ ਗੋਭੀ। ਨਿੰਮੇ ਅੱਜ ਐਂ ਕਰਦੇ ਹਾਂ ਯਾਰ, ਹੈ ਨਿੰਮੇ? ਹਾਂ ਬਾਈ, ਐਂ ਕਰਦੇ ਹਾਂ, ਆਹ ਨਿੰਮੇ ਦੀ ਗੋਭੀ ਹੈ। ਨਿੰਮਾ ਕਹਿੰਦਾ ਅੱਜ ਗੋਭੀ ਵਾਲੇ ਪਕੌੜੇ ਬਣਾਉਂਦੇ ਹਾਂ। ਮੈਂ ਕਿਹਾ ਪਕੌੜੇ ਅੱਜ ਰਹਿਣ ਦੇ, ਕੱਲੂ ਬਣਾਉਂਗੇ, ਕੱਲੂ ਬਣਾਉਂਗੇ। ਅੱਜ ਆਪਾਂ ਮੋਟਰ ਕੱਢਦੇ ਹਾਂ ਬਾਹਰ, ਠੀਕ ਆ। ਟੈਲੀ ਮੋਟਰ ਬਣੂ ਫਿਰ, ਕਿੰਨੇ ਕੁ ਵਜੇ ਜਾਣਾ ਹੁਣੀ? ਕਿੰਨੇ ਵਜੇ ਗਿਆ ਕੰਮ? ਕੱਖ ਲਿਆਉਣੇ, ਕੱਖ ਲਿਆਉਣੇ ਤਾਂ ਹਲੇ ਚੱਲਦੇ, ਮੈਂ ਕੱਖ ਚੱਕ ਕੇ ਲਿਆਉਣੇ ਆ। ਚੱਕ ਕੇ ਲਿਆਉਣੇ? ਕਿੰਨਾ ਟਾਈਮ ਲਾਉ? ਤੇ ਬਾਪੂ ਗਿਆ, ਦੋ ਭਰੀਆਂ ਉਹਨਾਂ ਵੱਢਣੀਆਂ, ਚੱਲਦੇ ਮਾੜਾ। ਕਿੰਨਾ ਟਾਈਮ ਹੋ ਜਾਣੇ? ਟਾਈਮ ਤਾਂ 10 ਵਜੇ ਗਏ ਆ, ਰਾਜੂ ਰਾਜੂ ਸਭ ਤੋਂ ਪਹਿਲਾਂ ਆਇਆ ਹੋਇਆ ਤਾ। ਰਾਜੂ ਆ ਬੈਠਾ ਇੱਧਰ, ਇਹ ਤੋੜਨ ਲੱਗਿਆ ਹੋਇਆ, ਕਿਆ ਕਹਿੰਦੇ ਨੂੰ, ਮੂੰਗਰੇ ਆ ਤੋੜ ਲਏ ਥੋੜੇ ਜਿਹੇ। ਇਹਦੀ ਹੁਣ ਸਬਜ਼ੀ ਬਣਾਵਾਂਗੇ, ਕੱਲ੍ਹ ਉਹਦੀ ਟਰਾਈ ਲਾਵਾਂਗੇ, ਤੇ ਇੱਕ ਨਾ ਪਰੌਂਠਾ ਬਣਾ ਕੇ ਦੇਖਾਂਗੇ ਇਹਦਾ। ਇੱਕ ਜਿਹੜੀ ਅਗਲੀ ਵੀਡੀਓ ਹੋਊਗੀ ਉਹਦੇ 'ਚ ਦੇਖਾਂਗੇ ਇੱਕ ਪਰੌਂਠੇ ਦੀ ਟਰਾਈ ਲਾਵਾਂਗੇ। ਹਾਂ ਹੈ ਨਾ ਮੈਂ, ਉਹ ਤਾਂ ਪਰੌਂਠਾ ਬਣਾ ਕੇ ਦੇਖਾਂਗੇ, ਨਾਲੇ ਗੋਭੀ ਵਾਲੇ ਪਕੌੜੇ ਦੇਖਦੇ। ਕੱਲੂ ਕੱਲੂ ਰੋਪੜ ਵੀ ਜਾਣਾ, ਕੰਮ ਬਹੁਤ ਆ, ਕੱਲੂ ਬੈਂਕ ਵੀ ਜਾਣਾ, ਕੰਮ ਕਈ ਆ ਕੱਲੂ ਵੀ। ਅਤੇ ਅਸੀਂ ਜਦੋਂ ਘਰ ਤੋਂ ਸਮਾਨ ਲੈ ਕੇ ਆਏ ਹਾਂ, ਅਤੇ ਮੋਟਰਸਾਈਕਲ ਭਰਾ ਰਹੇ, ਅਤੇ ਬੰਦੇ ਇੱਕ ਜਗ੍ਹਾ ਬੰਦੇ ਨੂੰ ਮਿਲਿਆ ਮੈਂ। ਦੇਖੋ ਜ਼ਮਾਨਾ ਕਿੰਨਾ ਉਹਦੇ ਨਾਲ ਬਦਲਦਾ ਜਾ ਰਿਹਾ, ਹੈ ਨਾ ਮੈਂ? ਹਾਂ ਬਾਈ, ਹਾਂ। ਅਤੇ ਪੁੱਛਿਆ ਹਾਲ ਚਾਲ, ਬਸ ਕਹਿੰਦਾ ਟਾਈਮ ਕੱਟੀ ਜਾਂਦੇ ਆ, ਹੈ ਨਾ ਮੈਂ? ਹਾਂ ਬਾਈ, ਹਾਂ। ਜਦੋਂ ਪਹਿਲਾਂ ਮਿਲਦੇ ਹੁੰਦੇ ਸੀ ਜਾਂ ਕਿਸੇ ਨੂੰ ਪੁੱਛਣਾ ਕਿਆ ਹਾਲ ਹੈ, ਬਸ ਚੜ੍ਹਦੀ ਕਲਾ ਵਿੱਚ ਹੱਥ ਸਾਰਾ ਐਡਾ ਲੰਬਾ ਕੱਢ ਕੇ ਕਹਿਣਾ, ਚੜ੍ਹਦੀ ਕਲਾ ਵਿੱਚ। ਅੱਜ ਕੱਲ੍ਹ ਹੁਣ ਤਾਂ ਉਤਰਦੀ ਥੱਲੇ ਨੂੰ। ਹੁਣ ਇਹ ਵੀ ਨਾ ਇੱਕ ਆਰਟ ਹੀ ਹੁੰਦਾ, ਆਪਣੇ ਆਪ ਨੂੰ ਕਿੱਦਾਂ ਚੜ੍ਹਦੀ ਕਲਾ 'ਚ ਰੱਖਣਾ, ਠੀਕ ਹੈ? ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਆਵੇ, ਸੁੱਖ ਆਵੇ ਦੁੱਖ ਆਵੇ, ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ, ਠੀਕ ਹੈ? ਐਂ ਨਹੀਂ ਵੀ ਢਹਿੰਦੀ ਕਲਾ ਵਿੱਚ ਰੋਣ ਦੀ ਜ਼ਰੂਰਤ ਹੋਵੇ, ਬਸ ਟਾਈਮ ਪਾਸ ਕਰ ਰਹੇ ਬਾਈ। ਦੇਖ ਅਸੀਂ ਵੀ ਕੰਮ ਕਰਦੇ ਹਾਂ, ਟੈਨਸ਼ਨਾਂ ਬਹੁਤ ਆ, ਪਰ ਫਿਰ ਵੀ ਚੜ੍ਹਦੀ ਕਲਾ 'ਚ ਰਹੀਦਾ, ਖੁਸ਼ ਰਹੀਦਾ। ਇੱਕ ਬੰਦੇ ਨੂੰ ਹੋਰ ਨੂੰ ਹੁਣ ਹੋਰ ਨੂੰ ਪੁੱਛੇ ਇੱਕ ਬੰਦੇ ਨੂੰ, ਉਹ ਰਾਜੂ ਕਿਆ ਹਾਲ ਹੈ ਤੇਰਾ? ਠੀਕ ਹੈ, ਉਹਦੇ ਗੱਡਾ ਹੱਥ ਕੱਢਿਆ ਉਹਨੇ, ਕਹਿੰਦਾ ਠੀਕ ਹੈ ਠੀਕ ਹੈ। ਹਾਂ ਕਿਰਪਾ ਮਾਲਕ, ਏਦਾਂ ਚਾਹੀਦਾ ਬੰਦੇ ਨੇ, ਕੱਢ ਕੇ ਹੱਥ ਮਾਰੇ, ਚੜ੍ਹਦੀ ਕਲਾ ਵਿੱਚ ਖੁਸ਼ ਹੈ, ਜਿਹੜਾ ਮਰਜ਼ੀ ਟਾਈਮ ਆਵੇ। ਜੇ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਆਹੀ ਚੀਜ਼ ਸਿਖਾਇਆ, ਜਿੱਦਾਂ ਮਰਜ਼ੀ ਟਾਈਮ ਆਵੇ ਤਾਂ ਚੜ੍ਹਦੀ ਕਲਾ 'ਚ ਰਹਿਣਾ। ਤੇ ਕਰੀਏ ਫੋਨ ਹੁਣ ਬਾਕੀ ਬੰਦਿਆਂ ਨੂੰ। ਹਾਂ ਬਾਈ, ਬਲਾ ਲਾ ਫਿਰ, ਕੱਢਦੀ ਮੋਟਰ ਬਾਹਰ। ਲਓ ਜੀ ਉੱਧਰ ਬੰਤ ਬਾਈ ਆ ਗਿਆ। ਕਿਆ ਹਾਲ ਆ ਬੰਤ ਬਾਈ? ਵਧੀਆ ਜੀ। ਮੈਂ ਬੁਲਾਇਆ ਹੋਇਆ ਤਾਂ ਬੰਦਾ ਦੂਜਾ ਵੀ ਆ ਗਿਆ, ਜੋ ਅੱਜ ਨਾ ਹੁੰਦਾ ਆਪਣੇ ਕੱਢ ਲੈਣੀ ਮੋਟਰ ਅੱਜ। ਅੱਜ ਅਸੀਂ ਕੋਈ ਜਗਾੜ ਕੋਈ ਨਾ ਕੋਈ ਲਾਉਣਾ ਤਾਂ ਅੱਜ, ਅਤੇ ਮੋਟਰ ਬਾਹਰ ਕੱਢਣੀ ਤੀ। ਫਿਰ ਜਦੋਂ ਕਦੇ ਵੀ ਕੋਈ ਕੰਮ ਨਹੀਂ ਹੁੰਦਾ ਫਿਰ ਅਸੀਂ ਬੰਤ ਬਾਈ ਨੂੰ ਯਾਦ ਕਰਦੇ ਹਾਂ, ਇਹ ਕਈ ਕੰਮ ਜਾਣਦਾ, ਹਲਵਾਈ ਦਾ ਕੰਮ ਇਹ ਜਾਣਦਾ। ਹਜ਼ੂਰ ਸਾਹਿਬ ਜਾ ਕੇ ਆ, ਹਜ਼ੂਰ ਸਾਹਿਬ ਜਾ ਕੇ ਆ, ਪੈਰੀ ਹੱਥ ਲਾਈਏ ਫਿਰ ਬਾਈ ਦੇ। ਕਿਆ ਹਾਲ ਆ ਬਾਈ? ਵਧੀਆ। ਸਾਡੇ ਜਦੋਂ ਕੋਈ ਬੰਦਾ ਹਜ਼ੂਰ ਸਾਹਿਬ ਜਾਂਦਾ ਹੋਇਆ, ਉਹਦੇ ਨਾਲ ਵੀ ਉਹ ਧਰਤੀ 'ਤੇ ਆਇਆ ਬੰਦਾ, ਉਹਦੇ ਪੈਰ ਉਹ ਇਹ ਚਰਨ ਉਹ ਜਗ੍ਹਾ ਜਾ ਕੇ ਆਏ ਆ, ਉਹ ਚਰਨ ਅਸੀਂ ਹੱਥ ਲਾਏ ਆ, ਅੱਧੇ ਹੁੰਦਾ ਬਾਈ। ਹਾਂਜੀ। ਅਤੇ ਗੱਲ ਕਰਦੇ ਹਾਂ ਬੰਤ ਬਾਈ ਜੀ, ਕਰ ਲੈਂਦੇ ਆਪਾਂ, ਬਹੁਤ ਦੂਰ ਨਾ ਜਾਈਏ। ਇਹ ਜਦ ਕੰਮ ਕਰਦਾ ਪੈਸੇ ਨਹੀਂ ਲੈਂਦਾ, ਪਤਾ ਨਹੀਂ ਕਿਆ ਇਹਦੇ 'ਚ ਕਿਆ ਹੋਇਆ ਹੋਇਆ। ਇਹ ਪਤਾ ਨਹੀਂ ਕਿਆ ਕਰਦਾ, ਜਾਂ ਪਿਛਲੀ ਵਾਰ ਮੋਟਰ ਪਾਈ ਤੇ ਇਹਨੇ ਪੈਸੇ ਨਹੀਂ ਲੱਤੇ ਹੈਗੇ, ਇਹਨੂੰ ਮੈਂ ਤਾਂ ਨਹੀਂ ਤਾਂ ਬੁਲਾਉਂਦਾ ਹੈਗਾ। ਮੈਂ ਉੱਧਰ ਦੂਜੇ ਬੰਦੇ ਨੂੰ ਬੁਲਾਉਂਦਾ ਤਾਂ ਉਹ ਆਉਂਦਾ ਨਹੀਂ, ਤਾਂ ਉਹ ਅੱਜ ਉਹ ਵੀ ਆ ਗਿਆ, ਅੱਜ ਇਹ ਵੀ ਆ ਗਿਆ। ਹੁਣ ਖੜਦੇ ਨੇ ਦੋਵੇਂ ਸਾਂਝੀ, ਹਲਵਾਈ ਕਰਦੇ ਤਾਂ ਹਲਵਾਈ ਨੂੰ ਬੰਨੇ ਪੈਸੇ ਦੇਣੇ, ਤੇ ਮੈਂ ਬਾਈ ਨੂੰ 500 ਰੁਪਏ ਫੜਾ ਦਿੱਤਾ। ਬਾਈ ਨੇ ਕਿਆ ਕਰਿਆ, ਉਹ ਪੈਸੇ ਫੜੇ ਜਾ ਕੇ ਗੱਲੇ ਚ ਪਾ ਦਿੱਤੇ, ਮੈਨੂੰ ਬਹੁਤ ਬੁਰਾ ਫੀਲ ਹੋਇਆ। ਬਹੁਤ ਸੇਵਾ ਕਰਦਾ, ਤੇ ਸਾਡੇ ਤੇ ਗੁਰਦੁਆਰਾ ਪੈਂਦਾ ਮੰਡ ਵਿੱਚ, ਹੁਣ ਉੱਥੇ ਨੂੰ ਜਾ ਰਿਹਾ ਤਾ, ਤੇ ਬਾਈ ਵਾਪਸ ਲੈਂਦਾ ਸੀ। ਮੈਂ ਕਿਹਾ ਬਾਈ ਆ, ਜੇ ਅਸੀਂ ਮੋਟਰ ਭਰਾ ਕੇ ਦੇਖਾ, ਬਾਈ ਦੂਜਾ ਸਮਾਨ ਵੀ ਲਿਆ ਇੱਧਰ, ਜਿਹਨੇ ਮੋਟਰ ਜਿਹੜਾ ਪ੍ਰੋਫੈਸ਼ਨਲ ਬੰਦਾ
ਉਹ ਬੰਦਾ ਵੀ ਆ ਗਿਆ ਇੱਧਰ, ਉਹਨੇ ਸਮਾਨ ਰੱਖਤਾ ਇੱਧਰ, ਆਹ ਸਮਾਨ ਹੁਣ ਇਹਦੇ ਨਾਲ ਕੱਢਾਂਗੇ, ਪੈਪ ਪਵਾ ਕੇ ਸੰਗਲ ਸੁੰਗਲ 'ਚ ਲੈ ਕੇ ਆਇਆ ਹੋਇਆ, ਕੱਢਾਂਗੇ ਬਾਹਰ, ਦੇਖਦੇ ਉਹਨੂੰ ਕਿਆ ਹੋਊਗਾ। ਲੈ ਬੰਤ ਬਾਈ, ਜਿਹਦਾ ਕੋਈ ਤਾਰ ਖਰਾਬ ਹੋਈ ਠੀਕ ਹੈ, ਜਾਂ ਮੋਟਰ ਚੱਲ ਪਈ ਆਪਣੀ, ਪਾਲਟੀ ਚੱਲੂ ਫੁੱਲ ਫੁੱਲ, ਜੋ ਤੂੰ ਕਹਿ ਦੂੰਗਾ ਬਾਈ। ਲਓ ਜੀ ਲਓ, ਆਹ ਆਪਣਾ ਸਿੰਗਰ ਬਾਈ ਵੀ ਆ ਗਿਆ, ਸਿੰਗਰ ਬਾਈ ਦਾ ਮੋਟਰ ਪਹੁੰਚਣ 'ਤੇ ਬਹੁਤ ਸਵਾਗਤ ਕੀਤਾ ਜਾਂਦਾ। ਹੋਰ ਠੀਕ ਹੈ, ਠੀਕ ਹੈ, ਕੀ ਕਰਦਾ ਕਾਕੇ ਅੱਜ ਕੱਲ੍ਹ? ਮੋਟਰ ਦਾ ਕੰਮ ਕਰਾਉਣਾ ਹੈ, ਕਰਾ ਲਈ ਇਹਦੇ ਕੰਮ। ਉਹ ਬੰਦਾ ਵੀ ਆ ਗਿਆ, ਜਿਹੜਾ ਬੰਦਾ ਉਹ ਆ ਰਿਹਾ ਉੱਧਰ ਮੋਟਰਸਾਈਕਲ ਲਏ, ਉਹ ਬੰਦੇ ਦੀ ਵੇਟ ਕਰ ਰਿਹਾ ਪੂਰਾ। ਕਿੰਨਾ ਟਾਈਮ ਲੇਟ ਕਰਤਾ ਨੇ ਉਹਨੇ? ਦੋ ਘੰਟਾ ਖਰਾਬ ਕਰਤਾ ਸਾਡਾ ਨੀ, ਹੁਣ ਅਸੀਂ ਮੋਟਰ ਦੇਖ ਵੀ ਲੈਣੀ ਤੀ। ਇਹਨੇ ਸਾਡਾ 'ਚ ਬਹੁਤ ਲੋਕ ਪੀਤਾ ਅੱਜ ਬਾਈ। ਇਹ ਬੰਦੇ ਪਰ ਕੋਈ ਬੰਦਾ ਭਰੋਸਾ ਨਾ ਕਰੇ, ਪਿੰਡ ਵਾਲਾ ਮੇਰਾ, ਇਹ ਬੰਦੇ ਪਰ ਕੋਈ ਭਰੋਸਾ ਨਾ ਕਰੇ, ਇਹ ਦੱਸਦਾ ਕੁਛ ਆ ਕਰਦਾ ਕੁਛ ਆ ਇਹ। ਹਾਂ ਅੱਜ ਪੂਰੇ 20 ਦਿਨ ਬਾਅਦ ਆਇਆ ਬਾਈ, ਇਹ ਪੂਰੇ 20 ਦਿਨ ਬਾਅਦ। ਮੈਂ ਤਾਂ ਬੰਦਾ ਦੂਜਾ ਬੁਲਾ ਲਿਆ ਬਾਈ, ਅੱਜ ਪੂਰੇ 20 ਦਿਨ ਹੋ ਗਏ ਅੱਜ। ਹਾਂ ਮੈਂ ਤਾਂ ਬੰਤ ਬਾਈ ਬੁਲਾ ਲਿਆ ਸੀ, ਅੱਜ ਬੰਦੇ ਇਕੱਠੇ ਕਰ ਲਏ ਲੱਗੇ, ਹੁਣ ਮੋਟਰ ਕੱਢਣ ਲੱਗੇ ਹਾਂ, ਅਸਮਾਨ ਆ ਗਿਆ ਸਾਰਾ ਪਾ ਕੇ, ਆ ਝਰਨੇ ਝੁਰਨੇ 'ਚ ਦੇਖਦੇ ਹਾਂ। ਲਓ ਜੀ ਮੋਟਰ ਤਾਂ ਅਸੀਂ ਲਈ ਕੱਢ, ਪਰ ਗੱਲ ਬਣੀ ਨਹੀਂ ਹੈਗੀ, ਮੋਟਰ ਹੋਵੇਗੀ ਖਰਾਬ, ਹੁਣ ਦੇਖਦੇ ਕਿੰਨੇ ਕੁ ਪੈਸੇ ਲੱਗੂਗੇ ਸਾਡੇ। ਅੱਜ ਪਾਲਟੀ ਰਹੇਗੀ ਬਾਈ ਫਿਰ ਤੁਹਾਡੀ, ਚੱਲ ਪਾਲਟੀ ਤਾਂ ਫਿਰ ਵੀ ਆਪਾਂ ਕਰ ਲੈਣੀ ਹੈ ਨਾ ਜੱਟ। ਹਾਂਜੀ ਹਾਂ ਬਾਈ, ਹਾਂ ਬਹਾਨਾ ਚਾਹੀਦਾ ਸਾਨੂੰ ਤਾਂ। ਹਾਂ ਹੁਣ ਗਮੀ 'ਚ ਪਾਲਟੀ ਕਰ ਲੈਣਗੇ, ਬੰਦਾ ਖੁਸ਼ ਹੋਣਾ ਰਹਿਣਾ ਚਾਹੀਦਾ। ਲਾਦ ਕੱਟਣਾ ਵਾਲੇ ਬੰਦ ਗੋਭੀ ਦਾ, ਹਾਂ ਬੰਦ ਗੋਭੀ ਮੇਰੀ ਤਾਂ ਗੋਭੀ ਖਾ ਦੇਖ ਲਓ ਜੀ ਇੱਧਰ ਗੋਭੀ, ਮੈਂ ਚਾਹੁੰਦਾ ਮੈਂ ਗੋਭੀ ਦੇ ਫੁੱਲ ਦੇਖਣਾ ਚਾਹੁੰਦਾ ਮੈਂ ਕਿੱਦਾਂ ਦੇ ਹੁੰਦੇ ਆ। ਹੋ ਗਏ ਕਈ ਫੁੱਲ ਹੋ ਗਏ ਦੇ, ਮੈਂ ਪੱਟੀ ਨਹੀਂ ਹੈਗਾ, ਉਹ ਪਰਲੇ ਪਾਸੇ ਗਏ, ਉਹਦੀ ਸਬਜ਼ੀ ਬਣਾ, ਬੀਜ ਬਣਾਉਣਾ, ਬੀਜ ਬਣਾਉਣਾ ਹੁਣ ਇਹਦਾ ਬੀਜ, ਤਾਂ ਕਰਕੇ ਅਸੀਂ ਉਹ ਰੱਖੇ ਹੋਏ ਆ ਬੀਜ ਬਣਾਉਣਾ ਬਾਈ। ਮੂੰਗਰ ਅੰਦਰ ਰੱਖਤੇ ਉਹਨੇ, ਮੂੰਗਰ ਅੰਦਰ ਰੱਖਤੇ ਮੈਂ ਨਾ ਬੀਜ, ਚਲੋ ਦੇਖਦੇ ਬਣਾਉਣੀ ਆ ਮੈਂ ਹੁਣ, ਕੱਲ ਲੈ ਕੇ ਆਉਂਗਾ ਇੱਥੇ ਭਿੰਡੀਆਂ ਭੁੰਡੀਆਂ ਬੀਜ ਬੂਜ ਜਿਹੜੇ ਲੱਗਦੇ ਨਾ ਉਹ ਲਾਉਣ ਨਵੇਂ ਹੁਣ। ਆਹੋ ਰਾਜੂ ਨੂੰ ਕਹਿ ਦੇਣਾ ਵੀ ਆ ਪੱਟਦੇ, ਕਰਦੇ ਆ ਕਰਦੇ ਕਰਦੇ ਭਿੰਡੀਆਂ ਨਵੇਂ ਟਿੰਡੇ। ਹਾਂ ਚੱਲੇ ਜੀ ਹੁਣ ਆਪਣੇ ਘਰੋਂ ਕਰੀ, ਤੇ ਨਿੰਮਾ ਵੀ ਚੱਲਿਆ, ਮੈਂ ਵੀ ਚੱਲਿਆ, ਉਹ ਬਾਈ ਵੀ ਲੰਘ ਚੱਲਿਆ, ਚੱਲੇ ਨਿੰਮੇ ਫਿਰ ਆਪਾਂ ਵੀ ਚੱਲ ਯਾਰ, ਹੁਣ ਭੁੱਖ ਲੱਗੀ ਬਹੁਤ ਜ਼ਿਆਦਾ। ਵਾਓ ਅੱਜ ਦਾ ਵੀ ਕੜੀ ਚੌਲ ਬਣਿਆ ਘਰ ਦੇ ਵਿੱਚ, ਪਹਿਲਾਂ ਮੋਟਰ ਦਾ ਨੁਕਸਾਨ ਹੋਇਆ ਅਤੇ ਹੁਣ ਐਨਕ ਟੁੱਟ ਗਈ, ਐਨਕ ਦਾ ਇੱਕ ਸੁਸਾ ਵਿੱਚ ਤਾਂ ਖਰਾਬ ਹੋ ਗਿਆ। ਅਤੇ ਹੋਰ ਤੁਹਾਨੂੰ ਦੱਸਾਂ, ਸਾਡੇ ਘਰ 'ਚ ਹੋਇਆ ਅੱਜ ਸਪੈਡਰਮੈਨ, ਜਿਹੜਾ ਸਪੈਡਰਮੈਨ ਹੁੰਦਾ ਉਹ ਤਾਰਾਂ 'ਚ ਖਿੱਚਦਾ, ਦਿਖਾਵਾਂ ਤੁਹਾਨੂੰ ਸਪੈਡਰਮੈਨ, ਇਹ ਉਹ ਹੁੰਦਾ ਦੇਖੋ, ਆ ਗਿਆ ਆ ਗਿਆ ਹੌਲੀ 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 ਉਹ ਤਾਰਾ ਕੱਢਦਾ, ਕੱਢੀ 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 ਹੱਥ ਕੱਢ ਕੱਢੀ ਕਿੱਦਾਂ ਇੱਕ ਕੱਢੀ ਦੂਰ ਹੋਵੇ ਕੱਢੇ ਤਾਂ ਪਤਾ ਲੱਗੇ, ਇੱਦਾਂ ਕੱਢ ਦਿੰਦਾ ਹੈ ਇੱਦਾਂ। ਹਾਂ ਉਹ ਸਪੈਡਰਮੈਨ ਤਾਂ ਦੇਖਿਆ ਤੁਸੀਂ, ਸਪੈਡਰ ਇੱਧਰ ਆ ਜਾ ਆ ਜਾ, ਆਹ ਸਪੈਡਰਮੈਨ ਹੈ ਜੀ ਦੇਖ ਲਓ, ਕੱਢੀ ਇੱਕ ਹੁਣ ਕੱਢ ਕੇ ਦਿਖਾਈ, ਕੱਢੀ ਨਿਕਲਦੀ ਤਾਂ ਹੈ ਨਹੀਂ ਤੇਰੇ, ਤੇਰੇ ਨਿਕਲਦੀ ਤਾਂ ਹੈ ਨਹੀਂ। ਅੱਛਾ ਕਾ ਮੈਂ ਹੂੰ ਸਪੈਡਰਮੈਨ, ਤੇ ਹੁਣ ਸਪੈਡਰਮੈਨ ਐਨਕ ਲਾ ਕੇ ਦਿਖਾਊਗਾ ਸਾਨੂੰ ਬਗੈਰ ਸਿੱਸੇ ਤੇ, ਰਜਾਈ ਤਾਂ ਟੁੱਟੀਆਂ ਹੋਈਆਂ ਤੋੜੀਆਂ ਵੀ ਇਹਨੇ ਹੀ ਹੈ, ਲੈ ਫੜ ਸਪੈਡਰਮੈਨ ਦੇਖੋ ਨਵੇਂ ਸਟਾਈਲ ਦਾ, ਇੱਕ ਐਨਕ ਸ਼ੀਸਾ ਹੈ ਨਹੀਂ ਇੱਕ ਹੈਗਾ ਸਪੈਡਰਮੈਨ, ਵਾਹ ਜੀ ਵਾਹ ਸਪੈਡਰਮੈਨ। ਚੱਲ ਹੁਣ ਤੂੰ ਹੁਣ ਕਰ ਲਾ ਸਕੂਲ ਦਾ ਕੰਮ, ਕਰ ਲਿਆ ਮੈਨੇ, ਕਿੱਥੇ ਕਰਿਆ ਮੈਨੂੰ ਸਾਰਾ ਪਤਾ, ਉਹਦਾ ਦੀਦੀ ਬੈਠੀ ਤੈਨੂੰ ਕਰਾ ਰਹੀ ਤੀ, ਟੌਫੀ ਦੇ ਟੌਫੀ, ਚੱਲ ਟੌਫੀ ਚੋਕਲੇਟ। ਗਰਾਊਂਡ 'ਚ ਆ ਗਿਆ ਮੈਂ, ਆਊਟ ਹੋ ਕੇ ਬਾਹਰ ਬੈਠ ਕੇ ਇੱਧਰ ਇੱਧਰ ਬੈਠਾ ਹਾਂ, ਅਗਲੀ ਵਾਰ ਬੈਟਿੰਗ ਆਊਗੀ ਹੁਣ, ਮੈਚ ਲਾ ਲਈਦਾ ਸ਼ਾਮ ਟਾਈਮ, ਸ਼ਾਮ ਟਾਈਮ ਫਿਰ ਵਾਲੀਬਾਲ ਦਾ ਹੀ ਮੈਚ ਲੱਗਦਾ। ਇੱਧਰ ਆ ਸਾਡਾ ਅਮਨਾ ਖੜਾ, ਆ ਪਲੇਅਰ ਦੇਖ ਲਓ ਪਲੇਅਰ ਖੜਾ, ਇੱਧਰ ਹਸਵੀਰ ਖੜਾ, ਹਸਵੀਰ ਓਏ ਉਹ ਹਸਵੀਰ ਆ ਫੌਲ ਆ ਇੱਧਰ, ਆਹ ਮੈਂ ਤੇਰਾ ਫੌਲ ਕਰਦਾ ਤੂੰ ਆ ਜਿਹੜੇ ਦੋਸਤਾਂ ਨਾਲ ਮਾਰੇ ਉੱਪਰ ਨੂੰ, ਕਿੱਥੇ ਮਾਰੀ ਉਹ ਉੱਧਰ ਹਨੇਰਾ ਪਰਲੇ ਪਾਸੇ, ਉਹ ਪਰਲੇ ਪਾਸੇ ਜੱਗਾ ਖੜਾ ਤਿੰਦਾ, ਪਿੰਡ ਦੇ ਮੁੰਡੇ ਸਾਰੇ ਖੇਲਣ ਲੱਗੇ ਹੋਏ, ਇੱਧਰ ਨਵੇਂ ਪਲੇਅਰ ਤਿਆਰ ਹੋ ਰਹੇ ਇੱਧਰ ਹੁਣ ਸਾਡੇ, ਆ ਗਿਆ ਦਿੱਤਾ। ਅੱਛਾ ਆਹ ਬਿੰਦਰ ਆ ਜਿਹੜੀਆਂ ਪੁੱਠੀਆਂ, ਜਿਹੜਾ ਪੁੱਠਾ ਪੁੱਠੀਆਂ ਸਿੱਧੀਆਂ ਸਰਵਿਸਾਂ ਕਰਦਾ, ਹੈਂ ਅੱਛਾ ਪੁਆਇੰਟਰ ਦੀ ਮਸ਼ੀਨ, ਅੱਛਾ ਉਹ ਤਾਂ ਸਰਬਜੀਤ ਸਿੰਘ ਆ ਗਿਆ ਪਿੱਛੇ ਹਨੇਰੇ 'ਚ ਖੜਾ, ਉੱਧਰ ਨੇੜੇ ਆ ਦਿਖਦਾ ਤਾਂ ਹੈ ਨਹੀਂ ਆ ਸਰਬਜੀਤ, ਚਲੋ ਖੇਲੋ ਫਿਰ ਹੁਣ
ਤਾਹੀਂ ਹਲਕੇ ਹੋਊਗਾ ਥੋੜਾ ਜਿਹਾ, ਸਤਿ ਸ੍ਰੀ ਅਕਾਲ, ਮੈਂ ਤਾਂ ਹੀ ਹਲਕਾ ਹੋਊਗਾ ਖੇਲ ਹੁਣ। ਠੀਕ ਹੈ ਜੀ, ਠੀਕ ਹੈ, ਲਾ ਮੈਚ। ਮੈਂ ਤਾਂ ਫਿਰ ਥੱਕ ਜਾਂਦਾ ਯਾਰ, ਹੁਣ ਇੰਨਾ ਮੇਰੇ 'ਚ ਐਨਰਜੀ ਨਹੀਂ ਹੈਗੀ, ਉਹ ਤਾਂ ਕ੍ਰਿਕਟ ਖੇਲ ਕੇ ਆਇਆ। ਡੀਸੀ ਆ ਗਿਆ ਮਿੱਤਰ, ਸਾਡੇ ਪਿੰਡ ਦਾ ਹੋਣ ਹਾਲ ਖਿਲਾਰੀ, ਉਹ ਪੈਸੇ ਚੱਕੀ ਫਿਰਦਾ ਡੀਸੀ ਦਾ, ਕਰਾ ਜਾਵਾ ਪੈਸੇ ਲਿਆ ਉਧਰ ਹਜ਼ੂਰ ਸਾਹਿਬ ਤੋਂ। ਕਿਆ ਹਾਲ ਆ ਬਾਈ? ਪ੍ਰਧਾਨ ਸਾਹਿਬ ਸਾਡੇ ਪਿੰਡ ਦੇ ਸਾਬਕਾ ਪ੍ਰਧਾਨ, ਵੈਸੇ ਜੱਦੇ ਪ੍ਰਧਾਨ, ਜੱਦੇ ਪ੍ਰਧਾਨ ਨੇ ਨਾ ਉਹ ਵੱਜਦੇ ਨਾ ਜੱਦੇ ਨੋ, ਅੱਜ ਤੋਂ ਮੈਂ ਕਹਿੰਦਾ ਵੀ 20 ਜਾਂ 25 ਸਾਲ ਪਹਿਲਾਂ ਪ੍ਰਧਾਨ ਬਣਿਆ ਦਾ, ਜੱਦਾ ਨੋ ਪ੍ਰਧਾਨ ਚੱਲਦਾ। ਡੀਸੀ ਹੋ ਜਾਂਦਾ ਉਹ ਟੀਮ ਜਿੱਤਦੀ ਆ, ਡੀਸੀ ਦਾ ਜ਼ੋਰ ਜ਼ਿਆਦਾ ਲੱਗਦਾ ਬਾਹਰ ਤੇ, ਜਿਹੜੀ ਟੀਮ ਵੱਲ ਡੀਸੀ ਹੋ ਜਾਂਦਾ। ਆ ਡੀਸੀ ਦਾ ਭਤੀਜਾ ਖੜਾ ਇੱਧਰ ਗੋਲ ਮਟੋਲ ਜਾ, ਹੈ ਮੁੜਿਆ ਇੱਧਰ ਨਾ ਦੇਖ, ਗਰਮੀ ਕਿੰਨੀ ਉਧਰ ਹਜ਼ੂਰ ਸਾਹਿਬ? ਉਹ ਬਾਈ ਰੁਕੀਸੀ ਬਾਈ, ਗਰਮੀ ਕਿੰਨੀ ਉਧਰ ਹਜ਼ੂਰ ਸਾਹਿਬ? ਅੱਛਾ ਚਲੋ ਠੀਕ ਹੈ, ਰਾਜਾ ਨੀ ਖੇਲਦਾ, ਰਾਜਾ ਬਾਈ ਖੇਲੂਗਾ ਹੁਣ, ਤਿਆਰੀ ਬੈਠਾ, ਜਿਹੜੀ ਟੀਮ ਹਾਰਦੀ ਹੁੰਦੀ ਫਿਰ ਉਧਰ ਉਹ ਸੜ ਜਾਂਦਾ ਹੁੰਦਾ ਬਾਈ, ਫਿਰ ਵਾਲੀਬਾਲ ਹਾਲੇ ਚੱਲਦੀ, ਉੱਥੇ ਪੂਰਾ ਮੈਚ ਪੂਰਾ ਭਖਿਆ ਹੋਇਆ ਮੈਚ, ਤੇ ਸਾਡੇ ਮੁੰਡੇ ਦੇ ਹੈਗੇ ਪੇਪਰ, ਠੀਕ ਹੈ, ਇਹ ਤਾਂ ਨੀ ਤੁਸੀਂ ਸੋਚਦੇ ਵੀ ਕਰਨ ਵੀ ਤਾਂ ਹੈ ਨੀ ਖੇਲਣ ਵਾਲੇ ਟਾਈਮ, ਇਹਦੇ ਹੈਗੇ ਕੱਲ ਨੂੰ ਪੇਪਰ, ਇਹਨੇ ਲਿਆਂਦਾ ਗੱਤਾ, ਆਹ ਦੇਖੋ ਕਿੰਨਾ ਸੋਹਣਾ ਗੱਤਾ ਲਿਆਂਦਾ, ਤੇ ਹੁਣ ਇਹ ਬਹੁਤ ਪੜ੍ਹਦਾ, ਤੇ ਹੁਣ ਕਹਿੰਦਾ ਮੈਨੂੰ ਇੱਕ ਗੇੜਾ ਉੱਥੇ ਵਾਲੀਬਾਲ ਵਾਲਿਆਂ ਕੋਲ ਲਵਾ ਲੈ, ਚੱਲੇ ਫਿਰ ਵਾਲੀਬਾਲ ਵਾਲਿਆਂ ਕੋਲ, ਚੱਲ ਫਿਰ ਚੱਲ ਚੱਕ 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 ਛੇਤੀ ਕਰ ਫਿਰ, ਅਲੇ ਅਤਰ ਗੱਤਾ ਇੱਧਰ ਪਿਆ, ਹਜ਼ਾਰ ਚੱਲ ਵੀ ਚੱਲ ਚੱਲ ਵੀ ਚੱਲ ਚੱਲ ਚੱਲ, ਭੱਜ ਕੇ ਸੁਣ, ਹੌਲੀ ਹੌਲੀ ਬਾਹਰ ਨਿਕਲਣੀ, ਹੌਲੀ 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 ਜਾਈ, ਹੌਲੀ 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 ਪਲੇਅਰ ਆ ਗਿਆ ਵਿੱਚ, ਬਾਹਰ ਰਹਿਣਾ ਤਾਂ ਬਾਹਰੇ ਰਹਿਣਾ ਤਾਂ ਬਾਹਰੇ ਵਿੱਚ ਜਾਣਾ, ਬਾਹਰੇ ਰਹਿਣਾ, ਹਾਂ ਉਹ ਮਿਲਕੀ ਸੀ ਪਿੱਛੇ ਸਰਵਿਸ ਕਰਾਉਣ ਲੱਗੇ ਉੱਧਰ, ਇਹ ਉਹ ਸਰਵਿਸ ਕਰਾਤੀ ਬਾਈ ਨੇ, ਰਾਜੂ ਬਾਈ ਵੀ ਖੇਲਣ ਲੱਗ ਗਏ ਇੱਧਰ, ਕੰਮ ਬਾਈ ਖੇਲ ਹੁਣ ਇਹਦੇ ਨਾਲ ਖੇਲਾ ਥੋੜ੍ਹਾ ਜਿਹਾ ਯਾਰ, ਮੈਂ ਕਰ ਲੈ ਜਾਣਾ ਫਿਰ, ਖੇਲਾ ਮਾੜਾ ਯਾਰ, ਖੇਲਾ ਇਹਦੇ ਨਾਲ ਮਾੜਾ ਜਿਹਾ, ਹਾਂ ਜੀ ਵਾਹ, ਪੂਰਾ ਮੈਚ ਭਖਿਆ ਹੋਇਆ ਹੁਣ ਇਸ ਟਾਈਮ, ਉਹ ਖੜ ਜਾ, ਸਾਹ ਲੈ ਲੈਂਦੇ, ਲਓ ਜੀ ਹੁਣ ਬੇਲਾ ਆ ਕੇ ਵੀਡੀਓ ਬੰਦ ਕਰਦਾ, ਚੱਲ ਬਈ ਸਾਡੀ ਵੀਡੀਓ ਇੱਥੇ ਤੱਕ ਲਈ, ਸਾਡੀ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਪੰਜ ਹੋਏ ਯਾਰ, ਹੇ ਉਹ ਬਣਾ ਲਓ, ਉਹਨਾਂ ਨੂੰ ਹੁਣ ਅੱਗੇ ਮਾਤਾ ਪ੍ਰਸ਼ਾਦ।